ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਿਕ ਪਿੰਡ ਦੌਲਤਪੁਰ ਨੇ ਵਤਨ ਲਈ ਮਰ ਮਿਟਣ ਵਾਲੇ 55 ਯੋਧੇ ਪੈਦਾ ਕੀਤੇ ਹਨ। ਜ਼ਿੰਦਾ ਸ਼ਹੀਦ ਕਮਾਂਡੈਂਟ ਬਚਨ ਸਿੰਘ ਥਾਂਦੀ ਵੀ ਇਸੇ ਧਰਤੀ ਦਾ ਜੰਮਪਲ ਸੀ। ਉਹਨਾਂ ਵੱਲੋਂ ਸਥਾਪਿਤ ਕੀਤੇ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵੱਲੋਂ ਬਬੇਲੀ ਸਾਕੇ ਦੇ ਸ਼ਹੀਦਾਂ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰੀ, ਬੱਬਰ ਕਿਸ਼ਨ ਸਿੰਘ ਮਾਂਗਟ, ਬੱਬਰ ਮੋਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਅਤੇ ਬੱਬਰ ਉਦੇ ਸਿੰਘ ਰਾਮਗੜ੍ਹ ਝੁੰਗੀਆਂ ਦੀ ਯਾਦ ਵਿੱਚ 95 ਸ਼ਹੀਦੀ ਸਮਾਗਮ ਕਰਵਾਇਆ ਗਿਆ। ਟਰੱਸਟ ਵੱਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਹੈ। 600 ਵਿਦਿਆਰਥੀਆਂ ਦੀ ਗਿਣਤੀ ਪਾਰ ਕਰ ਚੁੱਕੇ ਇਸ ਸਕੂਲ ਦੀ ਕਾਮਯਾਬੀ ਲਈ ਟਰੱਸਟ ਦੇ ਨਾਲ ਨਾਲ ਪ੍ਰਿੰਸੀਪਲ ਸੁਖਵੀਰ ਸਿੰਘ ਅਤੇ 30 ਦੇ ਲਗਭਗ ਮਿਹਨਤੀ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਵੱਖ ਵੱਖ ਬੱਬਰਾਂ ਦੀਆਂ ਕੁਰਬਾਨੀਆਂ ਦੇ ਵੇਰਵੇ ਸਕੂਲ ਦੀਆਂ ਕੰਧਾਂ ਤੇ ਵੀ ਅੰਕਿਤ ਕੀਤੇ ਗਏ ਹਨ। ਸਕੂਲ ਵਿੱਚ ਪਹੁੰਚਣ ਵਾਲਾ ਹਰ ਸ਼ਖਸ ਬੱਬਰ ਕਰਮ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੋਣ ਤੋਂ ਬਾਅਦ ਮਿਨਾਰੇ ਸ਼ਹੀਦ ਅੱਗੇ ਸ਼ਰਧਾ ਸੁਮਨ ਭੇਂਟ ਕਰਦਾ ਹੈ। ਇੱਥੇ ਹੀ ਬੱਬਰਾਂ ਦੀ ਭਗਤੀ ਅਤੇ ਸ਼ਕਤੀ ਦਾ ਕੇਂਦਰ ਪੋਰਾ ਸਾਹਿਬ ਸਥਿਤ ਹੈ, ਜਿੱਥੋਂ ਬੱਬਰਾਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਖਿਲਾਫ ਉਡਾਰੂ ਪ੍ਰੈਸ ਰਾਹੀਂ ਬੱਬਰ ਅਕਾਲੀ ਦੁਆਬਾ ਅਖਬਾਰ ਕੱਢਿਆ ਜਾਂਦਾ ਸੀ ਅਤੇ ਅਸਲਾ ਬਣਾਉਣ ਦਾ ਗੁਪਤ ਕਾਰਖਾਨਾ ਸਥਾਪਿਤ ਕੀਤਾ ਗਿਆ ਸੀ। ਅੱਜ ਇੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਰਿਆਦਾ ਅਨੁਸਾਰ ਰੋਜ਼ਾਨਾ ਪ੍ਰਕਾਸ਼ ਅਤੇ ਸੁਖਾਸਣ ਕੀਤਾ ਜਾਂਦਾ ਹੈ। ਸਮਾਗਮ ਦੇ ਪਹਿਲੇ ਦਿਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੀ ਆਰੰਭਤਾ ਪੂਰਨ ਗੁਰੂ ਮਰਿਆਦਾ ਅਨੁਸਾਰ ਕੀਤੀ ਗਈ। ਇਸੇ ਦਿਨ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੁਸ਼ੋਭਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 5 ਪਿਆਰਿਆਂ ਅਤੇ 5 ਨਿਸ਼ਾਨਚੀਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦਾ ਲੰਬਾ ਕਾਫਿਲਾ ਪਿੰਡ ਦੌਲਤਪੁਰ ਦੇ ਬੱਬਰ ਅਕਾਲੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਚੱਲ ਕੇ ਪਿੰਡ ਦੇ ਵੱਖ ਵੱਖ ਮੁਹੱਲਿਆਂ ਚੋਂ ਲੰਘਦਾ ਅਤੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਵਾਪਸ ਸ਼ਹੀਦੀ ਯਾਦਗਾਰ ਤੇ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਰਵਿਦਾਸ ਜੀ ਮਹਾਰਾਜ ਵਿਖੇ ਪਹਿਲਾ ਪੜਾਅ ਹੋਇਆ, ਜਿੱਥੇ ਢਾਡੀ ਜਸਦੀਪ ਸਿੰਘ ਮਹਿੰਦਪੁਰ ਵਾਲਿਆਂ ਦੇ ਜਥੇ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਬੱਬਰਾਂ ਦੇ ਸ਼ਾਨਾਮਤੀ ਇਤਿਹਾਸ ਨੂੰ ਪੇਸ਼ ਕੀਤਾ ਗਿਆ। ਸਰਦਾਰ ਜਸਪਾਲ ਸਿੰਘ ਜਾੜਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਨਗਰ ਕੀਰਤਨ ਦੇ ਚੱਲਦਿਆਂ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲ, ਰਸਤੇ ਦੀ ਸਫਾਈ ਅਤੇ ਫਲਾਂ ਦੇ ਪ੍ਰਸ਼ਾਦ ਦੀ ਸੇਵਾ ਵੀ ਸਲਾਹਣਾ ਯੋਗ ਸੀ। ਕੀਰਤਨੀ ਜਥਿਆਂ ਦੇ ਕੀਰਤਨ ਦੇ ਨਾਲ ਨਾਲ ਗਤਕਾ ਪਾਰਟੀਆਂ ਨੇ ਵੀ ਆਪਣੀ ਕਲਾ ਦੇ ਜ਼ੋਹਰ ਦਿਖਾਏ। ਗੁਰਦੁਆਰਾ ਪਾਤਸ਼ਾਹੀ 6 ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਪਹੁੰਚਣ ਤੇ ਢਾਡੀ ਜਥੇ ਵੱਲੋਂ ਬੱਬਰਾਂ ਦੇ ਇਤਿਹਾਸ ਸੰਬੰਧੀ ਵਾਰਾਂ ਪੇਸ਼ ਕੀਤੀਆਂ ਗਈਆਂ, ਜਿਸ ਨੂੰ ਇਲਾਕੇ ਭਰ ਤੋਂ ਪਹੁੰਚੀ ਸੰਗਤ ਨੇ ਸਰਵਣ ਕੀਤਾ। ਨਗਰ ਕੀਰਤਨ ਵਿੱਚ ਬੱਚਿਆਂ, ਅਧਿਆਪਕਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੇ ਦੂਸਰੇ ਦਿਨ ਬੱਬਰਾਂ ਦੀਆਂ ਸ਼ਹਾਦਤਾਂ ਸੰਬੰਧੀ ਵੱਖ ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਗਿਆ। ਵਿਦਿਆਰਥੀਆਂ ਦੇ ਜੂਨੀਅਰ ਅਤੇ ਸੀਨੀਅਰ ਵਰਗ ਅਨੁਸਾਰ ਨਵਨੀਤ, ਗੁਰਲੀਨ, ਹਰਮਨਪ੍ਰੀਤ, ਸਾਹਿਲ, ਹਰਦੀਪ ਕੌਰ, ਜਸ਼ਨਦੀਪ ਕੌਰ, ਸਾਕਸ਼ੀ, ਗੁਰਪ੍ਰਿਆ, ਨਵਜੋਤ ਕੌਰ, ਮਨਜੋਤ ਕੌਰ, ਜੈਸਮੀਨ ਕੌਰ, ਜਗਦੀਪ ਕੌਰ, ਸੁਖਪ੍ਰੀਤ ਕੌਰ, ਈਸ਼ਾ ਅਤੇ ਤਨਵੀਰ ਕੌਰ ਨੇ ਭਾਸ਼ਣ ਮੁਕਾਬਲਿਆਂ ਦੌਰਾਨ ਆਪਣੀ ਕਲਾ ਦਾ ਖੁੱਲ੍ਹ ਕੇ ਮੁਜ਼ਾਹਰਾ ਕੀਤਾ। ਸ਼ਬਦ ਗਾਇਨ ਦੇ ਮੁਕਾਬਲਿਆਂ ਵਿੱਚ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਸਮੇਤ ਦੂਸਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਅੰਜਲੀ ਰਾਣੀ, ਗੁਰਲੀਨ ਕੌਰ, ਜੈਸਮੀਨ ਕੌਰ, ਗੁਰਲੀਨ ਸਿੰਘ, ਪ੍ਰਭਜੋਤ ਸਿੰਘ, ਗੌਰਵ, ਕੁਲਦੀਪ ਕੌਰ, ਸਿਮਰਨ ਕਟਾਰੀਆ, ਸਿਮਰਨਪ੍ਰੀਤ ਸਮੇਤ ਉਹਨਾਂ ਦੇ ਸਾਥੀਆਂ ਵੱਲੋਂ ਸ਼ਬਦ ਕੀਰਤਨ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਜੱਜ ਸਾਹਿਬਾਨ ਦੀ ਅਹਿਮ ਭੂਮਿਕਾ ਸਰਦਾਰ ਕਮਲਦੀਪ ਸਿੰਘ, ਸਰਦਾਰ ਹਰਦੀਪ ਸਿੰਘ ਜੀ ਅਟਵਾਲ ਅਤੇ ਸਤਨਾਮ ਸਿੰਘ ਵੱਲੋਂ ਨਿਭਾਈ ਗਈ। ਦੂਸਰੇ ਦਿਨ ਦੇ ਮੰਚ ਸੰਚਾਲਨ ਵਿੱਚ ਓਂਕਾਰ ਸਿੰਘ, ਮੈਡਮ ਹਰਦੀਪ ਕੌਰ ਅਤੇ ਹਰਦੀਪ ਸਿੰਘ ਦੁਪਾਲਪੁਰ ਦਾ ਅਹਿਮ ਯੋਗਦਾਨ ਰਿਹਾ। ਬੱਚਿਆਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। 15 ਮਿੰਟ ਦੇ ਸਮੇਂ ਵਿੱਚ ਦਸਤਾਰਬੰਦੀ ਦੇ ਪ੍ਰਤੀਯੋਗੀਆਂ ਨੇ ਦਸਤਾਰ ਸਜਾਉਣ ਵਿੱਚ ਆਪਣੀ ਮੁਹਾਰਤ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਜੱਜ ਸਾਹਿਬਾਨ ਵੱਲੋਂ ਜੇਤੂ ਬੱਚਿਆਂ ਦੀ ਚੋਣ ਕੀਤੀ ਗਈ। ਬੱਚਿਆਂ ਵਿੱਚ ਬੱਬਰਾਂ ਦੇ ਇਤਿਹਾਸ ਪ੍ਰਤੀ ਜਗਿਆਸਾ ਪੈਦਾ ਕਰਨ ਲਈ ਮੈਡਮ ਹਰਦੀਪ ਕੌਰ ਜੀ ਦੀ ਅਗਵਾਈ ਹੇਠ ਬੁੱਧੀ ਪਰਖ ਮੁਕਾਬਲੇ ਵੀ ਕਰਵਾਏ ਗਏ। 4 ਟੀਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਸਵਾਲ ਪੁੱਛੇ ਗਏ।
टीम सी ने पहला स्थान प्राप्त किया। पेंटिंग मुकाबले भी बच्चियां दी काल्पनिक शक्ति दे सलाना योग उपराले सन। मुकाबले तो बाहर रह के भी काफी बच्चियां वालों कविता कविश्री अते गीत आदि पेश किए गए। जेतु अते उप जेतु बच्चियां नू प्रबंधकां वालों इनामां दी तकसीम की गई। प्रबंधकां वालों जज साहिबान का विशेष धन्यवाद किया गया। अब तो जन्म रस दिखाई शाड़ी रे मन गौरा शाड़ी रे मन स्कूल दे निर्देशक सरदार कृपाल सिंह खाबड़ा ने आए हुए पतवंते सजना दा मंच तो धन्यवाद किया। समागम दे तीसरे दिन शहीदी समागम तो पहला जुगो जुग अटल साहिब श्री गुरु ग्रंथ साहिब जी दी पवित्र बाणी दे अखंड पाठा दे भोग पाए गए अते सरबत दे भले लई होई अरदास उपरंत शहीदी समागम दे अगले पड़ा दी शुरुआत हुई। भाई हरदीप सिंह दोपालपुरी दे जत्थे वल्लों गुरबाणी कीर्तन राही संगतां नूं निहाल कीता गया। कथावाचक ज्ञानी गुरमनदीप सिंह जी ने गुरबाणी शब्द दी व्याख्या करदिआं संगत नूं गुरु लड़ लगण लई प्रेरिया। ज्ञानी अमनदीप सिंह फरवाले वालिआं दे पंथक ढाडी जत्थे ने बबरां दीआं अथाह कुरबानियां नूं वीर सिवारां राही पेश कीता। गुरु नानक बब्बर अकाली यादगारी कॉलेज मजारी दीआं बच्चियां वल्लों पेश कीती कोरियोग्राफी सलाना योग सी। भाई गुरदेव सिंह जी हजूरी रागी श्री दरबार साहब अमृतसर वालियां दे जत्थे ने गुरबाणी कीर्तन राही संगत नूं शब्द गुरु नाल जोड़ी रखिया। तीसरे दिन दे समुचे प्रोग्राम दी मन संचालन दी अहम जिम्मेवारी प्रिंसिपल सुखवीर सिंह अते हरदीप सिंह दोपालपुरी जी ने सांझे तौर ते निभाई। रेडियो होस्ट परमवीर सिंह बाठ ने बहुत ही वडमुले विचार संगत अगे पेश कीते। बबरां दे वारिस सरदार गुरनाम सिंह जी ने भी अपने विचारां राही हाजरी लगवाई। सरदार शिंगारा सिंह जी ने सेहत सहूलतां संबंधी विचार मंच तों पेश कीते। बबरां दे परिवारां चों हाजर उन्हां दे वारसां दानी वीरां सहयोगियां उगे समाज सेवियां धार्मिक अते राजनीतिक हस्तियां दा ट्रस्टियां वल्लों बणदा माण सत्कार कीता गया। दी गर्मी विच बच्चियां वल्लों कीती गई ठंडे जल दी सेवा हर किसे वल्लों सराही गई। सरदार जरनैल सिंह वाहिद भी उचेचे तौर ते समागम विच पहुंचे जिन्हां दा प्रबंधकां वल्लों मान सम्मान कीता गया। ज्ञानी बलवीर सिंह पारस दे ढाडी जत्थे वल्लों वीर रसीवारां दा गायन करके संगतां दे मनां विच सदीवी प्रभाव छड्डण दा उपराला कीता गया। गुरु नानक मिशन इंटरनेशनल चैरिटेबल सेहत केंद्र कुक्कड़ मजारां वल्लों अखां दीआं बीमारियां संबंधी मुफ्त मेडिकल कैंप लगाया गया। बाबे नानक दा खुला लंगर वरताया गया जिस लई सेवादार ते प्रबंधक वधाई दे पात्र हन।
ਇਸ ਸਮੁੱਚੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਦਿਨ ਰਾਤ ਇੱਕ ਕਰਨ ਵਾਲਿਆਂ ਵਿੱਚ ਸਰਦਾਰ ਗੁਰਜੀਤ ਸਿੰਘ ਥਾਂਦੀ ਪ੍ਰਬੰਧਕੀ ਨਿਰਦੇਸ਼ਕ, ਸਰਦਾਰ ਕੈਰ ਸਿੰਘ ਥਾਂਦੀ ਪ੍ਰਧਾਨ, ਸਰਦਾਰ ਕਿਰਪਾਲ ਸਿੰਘ ਖਾਬੜਾ ਨਿਰਦੇਸ਼ਕ, ਸਰਦਾਰ ਤਰਨਜੀਤ ਸਿੰਘ ਥਾਂਦੀ, ਸਰਦਾਰ ਜਸਪਾਲ ਸਿੰਘ ਜਾਟਲੀ ਖਜਾਨਚੀ, ਸਰਦਾਰ ਜਸਵੀਰ ਸਿੰਘ ਥਾਂਦੀ, ਸਰਦਾਰ ਪਰਮਜੀਤ ਸਿੰਘ, ਸਰਦਾਰ ਜਗਦੀਪ ਸਿੰਘ ਰਾਏ, ਜੋਗਾ ਸਿੰਘ ਕੈਨੇਡਾ, ਰਘੁਬੀਰ ਸਿੰਘ ਰੱਕੜ, ਪ੍ਰਿੰਸੀਪਲ ਰਜਿੰਦਰ ਸਿੰਘ ਪਾਵਨ, ਗੁਰਜਿੰਦਰ ਸਿੰਘ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਪੋਰਟਸ ਕਲੱਬ ਦੌਲਤਪੁਰ ਨੇ ਭਰਪੂਰ ਯੋਗਦਾਨ ਪਾਇਆ। ਅੰਤ ਵਿੱਚ ਟਰੱਸਟ ਦੇ ਪ੍ਰਧਾਨ ਸਰਦਾਰ ਕੈਰ ਸਿੰਘ ਥਾਂਦੀ ਨੇ ਸਾਡੇ ਰਿਪੋਰਟਰ ਅਵਤਾਰ ਸਿੰਘ ਗੋਬਿੰਦਪੁਰੀ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਸਨ 1995 ਤੋਂ ਟਰੱਸਟ ਅਤੇ ਸਕੂਲ ਵੱਲੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਪਹਿਲੇ ਦਿਨ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜਿਸ ਵਿੱਚ ਸਕੂਲ ਦੇ ਬੱਚੇ ਅਤੇ ਪਿੰਡ ਦੇ ਪਤਵੰਤੇ ਸੱਜਣ ਭਾਗ ਲੈਂਦੇ ਹਨ ਅਤੇ ਢਾਡੀ ਵਥਾ ਵੀ ਆਪਣੇ ਢਾਡੀ ਬਾਰਾਂ ਰਾਹੀਂ ਨਿਹਾਲ ਕਰਦਾ ਹੈ। ਦੂਸਰੇ ਦਿਨ ਸਕੂਲ ਦੇ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਸ਼ਬਦ ਕੀਰਤਨ ਅਤੇ ਭਾਸ਼ਾ ਮੁਕਾਬਲੇ ਅਤੇ ਪਗੜੀ ਦੀ ਯੋਗਤਾ ਹੁੰਦੀਆਂ ਹਨ, ਜਿਸ ਵਿੱਚ ਬੱਚਿਆਂ ਨੂੰ ਜੋ ਇਨਾਮ ਪਹਿਲੇ ਨੰਬਰ 'ਤੇ ਆਉਂਦੇ ਹਨ ਉਸਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਅਤੇ ਤੀਸਰੇ ਦਿਨ ਇਹ ਸਮਾਗਮ ਟਰੱਸਟ ਵਿੱਚ ਸ਼ਰਧਾਂਜਲੀ ਵਜੋਂ ਮਨਾਇਆ ਜਾਂਦਾ ਹੈ, ਜਿਸ ਵਿੱਚ ਵੱਖ ਵੱਖ ਪਾਰਟੀਆਂ ਦੇ ਸੱਜਣ ਇਹ ਸ਼ਰਧਾਂਜਲੀ ਪੇਸ਼ ਕਰਦੇ ਹਨ ਅਤੇ ਢਾਡੀ ਜਥੇ ਅਤੇ ਕੀਰਤਨ ਜਥੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਹ ਸਮਾਗਮ ਮਨਾਉਣ ਦੇ ਲਈ ਪਿੰਡ ਦੇ ਸੱਜਣਾਂ ਵੱਲੋਂ ਵਿੱਤੀ ਸਹਾਇਤਾ ਅਤੇ NRI ਵੱਲੋਂ ਵੀ ਇੱਥੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਨਾਲ ਕਿ ਇਹ ਸਾਰਾ ਪ੍ਰੋਗਰਾਮ ਸਿਰੇ ਚੜ੍ਹਦਾ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।